ਬ੍ਰੇਨ ਡੈਡ ਵਿਅਕਤੀ ਦਾ ਕੱਢਣ ਲੱਗੇ ਦਿਲ ਤਾਂ ਹੋ ਗਿਆ ਜਿੰਦਾ ਡਾਕਟਰ ਵੀ ਹੈਰਾਨ ਪੇਸ਼ਾ ਹਰਸੁਖ ਟੀਵੀ ਦੀ ਇੱਕ ਖਾਸ ਰਿਪੋਰਟ ਅਮਰੀਕਾ ਦਾ ਹੈਰਾਨ ਕਰ ਦੇਣ ਵਾਲਾ ਮਾਮਲਾ ਇੱਕ ਸਾਹਮਣੇ ਆਇਆ ਹੈ ਇੱਥੇ ਇੱਕ ਅਮਰੀਕੀ ਹਸਪਤਾਲ ਵਿੱਚ ਚਮਤਕਾਰ ਦੇਖਣ ਨੂੰ ਮਿਲਿਆ ਇੱਕ ਮਰੀਜ਼ ਨੂੰ ਬ੍ਰੇਨ ਡੈਡ ਐਲਾਨ ਕਰ ਦਿੱਤਾ ਗਿਆ ਡਾਕਟਰ ਉਸ ਦਾ ਦਿਲ ਕੱਢਣ ਦੀ ਤਿਆਰੀ ਕਰ ਰਹੇ ਸਨ ਫਿਰ ਮਰੀਜ਼ ਅਚਾਨਕ ਜ਼ਿੰਦਾ ਹੋ ਗਿਆ ਅਤੇ ਉਸ ਨੇ ਆਪਣੇ ਹੱਥਾਂ ਪੈਰਾਂ ਨੂੰ ਜ਼ੋਰ-ਜ਼ੋਰ ਨਾਲ ਹਿਲਾਉਣਾ ਸ਼ੁਰੂ ਕਰ ਦਿੱਤਾ ਇਹ ਨਜ਼ਾਰਾ ਦੇਖ ਕੇ ਡਾਕਟਰ ਵੀ ਹੈਰਾਨ ਰਹਿ ਗਏ ਇਹ ਮਾਮਲਾ ਅਮਰੀਕਾ ਦੇ ਕੈਟ ਕੀ ਸਥਿਤ ਹੈਲਥ ਰਿਚਮਨ ਹਸਪਤਾਲ ਦਾ ਹੈ 36 ਸਾਲਾ ਥਾਮਸ ਟੀਜੇ ਨੂੰ ਨਸ਼ੇ ਦੀ ਓਵਰਡੋਜ਼ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਪਰ ਕਈ ਮਹੀਨਿਆਂ ਦੇ ਇਲਾਜ ਤੋਂ ਬਾਅਦ ਡਾਕਟਰ ਨੇ ਉਸ ਨੂੰ ਬ੍ਰੇਨ ਡੈੱਡ ਐਲਾਨ ਕਰ ਦਿੱਤਾ ਗਿਆ ਡਾਕਟਰਾਂ ਨੇ ਦੱਸਿਆ ਕਿ ਜ਼ਿਆਦਾ ਨਸ਼ੇ ਲੈਣ ਕਾਰਨ ਥਾਮਸ ਦਾ ਦਿਮਾਗ ਮਰ ਗਿਆ ਤੇ ਹੁਣ ਉਹ ਕਦੇ ਵੀ ਜਾਗ ਨਹੀਂ ਸਕੇਗਾ ਬ੍ਰੇਨ ਡੈੱਡ ਦੀ ਸਥਿਤੀ ਵਿੱਚ ਮਰੀਜ਼ ਦਾ ਦਿਮਾਗ ਕੰਮ ਕਰਨਾ ਬੰਦ ਕਰ ਦਿੰਦਾ ਜਾਂ ਦੂਜੇ ਸ਼ਬਦਾਂ ਵਿੱਚ ਦਿਮਾਗ ਮਰ ਜਾਂਦਾ ਹੈ ਅਜੀਬ ਸਥਿਤੀ ਵਿੱਚ ਮਰੀਜ਼ ਦਾ ਸਰੀਰ ਗਰਮ ਰਹਿੰਦਾ ਤੇ ਦਿਲ ਵੀ ਧੜਕਦਾ ਹੈ ਪਰ ਦਿਮਾਗ ਦੇ ਮਰਨ ਤੋਂ ਬਾਅਦ ਸਰੀਰ ਵੀ ਅੱਧਾ ਮਰਿਆ ਹੋਇਆ ਹੁੰਦਾ ਹੈ। ਵਿਅਕਤੀ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਹੈ। ਆਮ ਤੌਰ ਤੇ ਬ੍ਰੇਨ ਡੈਡ ਮਰੀਜ਼ਾਂ ਦੇ ਦਿਲ ਦੀ ਸਰਜਰੀ ਕੀਤੀ ਜਾਂਦੀ ਹੈ। ਇਹ ਜੇ ਲੋਕਾਂ ਨੂੰ ਹੀ ਦਿਲ ਦੀ ਸਰਜਰੀ ਲਈ ਚੁਣਿਆ ਜਾਂਦਾ ਹੈ। ਥਾਮਸ ਦੇ ਬ੍ਰੇਨ ਡੈਡ ਹੋਣ ਤੋਂ ਬਾਅਦ ਡਾਕਟਰ ਵੀ ਉਸ ਦਾ ਦਿਲ ਕੱਢਣਾ ਚਾਹੁੰਦੇ ਸਨ ਪਰ ਸਰਜਰੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਥਾਮਸ ਜ਼ਿੰਦਾ ਹੋ ਗਿਆ। ਮੀਡੀਆ ਦੀ ਰਿਪੋਰਟ ਦੇ ਮੁਤਾਬਿਕ ਆਈ ਸੀ ਯੂ ਵਿੱਚ ਆਪਰੇਸ਼ਨ ਦੇ ਦੌਰਾਨ ਥਾਮਸ ਦੇ ਹੱਥ ਪੈਰ ਹਿਲਣ ਲੱਗੇ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱ ਸਰਜਰੀ ਰੱਦ ਕਰ ਦਿੱਤੀ ਗਈ। ਹੁਣ ਥਾਮਸ ਪੂਰੀ ਤਰ੍ਹਾਂ ਸਿਹਤਮੰਦ ਹੈ ਅਤੇ ਆਪਣੀ ਭੈਣ ਡੋਨਾ ਰੋਹਰ ਨਾਲ ਰਹਿੰਦਾ ਹੈ। ਥਾਮਸ ਦੀ ਯਾਦਾਸ਼ਤ ਪੂਰੀ ਤਰ੍ਹਾਂ ਵਾਪਸ ਨਹੀਂ ਆਈ। ਉਸਨੂੰ ਤੁਰਨ-ਫਿਰਨ ਅਤੇ ਬੋਲਣ ਵਿੱਚ ਮੁਸ਼ਕਲ ਆਉਂਦੀ ਹੈ। ਪਰ ਵੱਡੀ ਗੱਲ ਇਹ ਹੈ ਕਿ ਉਹ ਜਿੰਦਾ ਹੈ।